ਇਹ ਕਠੂਆ ਉਧਮਪੁਰ ਡੋਡਾ ਦਾ ਸੰਸਦੀ ਖੇਤਰ, ਇਹ ਬੜਾ ਵਿਸ਼ਾਲ ਖੇਤਰ ਹੈ ਅਤੇ ਬੜਾ ਬਹੁਮੁਖੀ ਵੀ ਹੈ। ਜੇ ਇੱਥੇ ਤੁਸੀਂ ਮੈਦਾਨ ਲੱਭਦੇ ਨੇ ਅਤੇ ਪਰਲੇ ਪਾਸੇ ਪਹਾੜ ਨੇ, ਜੇ ਇੱਥੇ ਕੰਢੀ ਹੈ ਅਤੇ ਪਰਲੇ ਪਾਸੇ ਨਦੀਆਂ ਨੇ, ਜੇ ਇੱਥੇ ਪ੍ਰਣਾਲੇ ਨੇ ਅਤੇ ਪਰਲੇ ਪਾਸੇ ਪਗਡੰਡੀਆਂ ਨੇ, ਅਤੇ ਇਹਦੀਆਂ ਕਠਿਨਾਈਆਂ ਵੀ ਆਪਣੇ ਕਿਸਮਾਂ ਦੀਆਂ ਨੇ। ਔਰ ਪਿਛਲੀ ਸਰਕਾਰਾਂ ਦੁਆਰਾ ਇਹ ਅਵਹੇਲਨਾ ਦੇ ਅਣਦੇਖੀ ਦੇ ਸ਼ਿਕਾਰ ਵੀ ਰਹੇ, ਪਰੰਤੂ ਤੁਹਾਡੇ ਨੇਤ੍ਰਿਤਵ ਵਿੱਚ ਪਿਛਲੇ 5 ਵਰ੍ਹੇ 'ਚ ਜਿਹੜੀ ਇੱਕ ਕ੍ਰਾਂਤੀ ਆਈ ਹੈ ਵਿਕਾਸ ਦੀ, ਪਰਿਵਰਤਨ ਦੀ, ਉਹ ਪਿਛਲੇ 65 ਵਰ੍ਹੇ 'ਚ ਦਿਖਣੇ ਨਹੀਂ ਮਿਲੀ। ਜੇ ਵਿਕਾਸ ਦੇ ਕੰਮ ਕਰਾਉਣ ਲੱਗੋ ਤਾਂ ਸੂਚੀ ਨਹੀਂ ਲੰਮੀ ਹੈ ਵੀ ਦਿਹਾੜੀ ਸਾਰੀ ਲੱਗੀ ਜਾਣੀ। ਕੀਣੀਆਂ ਗੜਿਆਲ ਦਾ ਪੁੱਲ, ਜੁਸਾਣੇ ਦਾ ਪੁੱਲ, ਅਟਲ ਸੇਤੂ ਦਾ ਪੁੱਲ, ਦੇਵਿਕਾ ਦਾ ਪੁੱਲ, ਬੇਨੀ ਦਾ ਪੁੱਲ, 2-2 ਮੈਡੀਕਲ ਕਾਲਜ, 2-2 ਪਾਸਪੋਰਟ ਦਫ਼ਤਰ, 2-2 ਹਾਈਵੇ ਵਿਲੇਜ, ਇੰਡਸਟਰੀਅਲ ਬਾਇਓਟੈਕ ਪਾਰਕ, ਬੀ ਉਤਪਾਦਨ ਦਾ ਸੀਡ ਪ੍ਰੋਸੈਸਿੰਗ ਪਲਾਂਟ, ਉਧਮਪੁਰ ਦਾ ਰੇਡੀਓ ਸਟੇਸ਼ਨ, ਭਦਰਵਾਹ ਦਾ ਨੈਸ਼ਨਲ ਇੰਸਟੀਚਿਊਟ ਹਾਈ ਆਲਟੀਚਿਊਡ ਮੈਡੀਸਨ, ਕਿਸ਼ਤਵਾੜੇ ਦਾ 1000 ਮੈਗਾਵਾਟ ਦਾ ਪੱਕਲ ਟੋਲ ਪਾਵਰ ਪ੍ਰੋਜੈਕਟ, ਅਤੇ ਇੰਨਾ ਕੁ ਨਹੀਂ ਪ੍ਰਧਾਨ ਮੰਤਰੀ ਜੀ, ਤੁਹਾਡੇ ਵਿਅਕਤੀਗਤ ਹਸਤਸ਼ੇਪ ਕੰਨੇ ਸਾਡੇ ਕਈ ਰੁਕੇ ਦੇ ਕੰਮ ਵੀ ਸਵਾਰੇ ਗਏ। ਸ਼ਾਹਕੁੰਡੀ ਦਾ ਪ੍ਰੋਜੈਕਟ 40 ਵਰ੍ਹੇ ਦਾ ਦਸਤੇਜ ਪੈਦਾ, ਇਹ ਤੁਹਾਡੇ ਹਸਤਸ਼ੇਪ ਕਰਨੇ ਅੱਜ ਕੰਮ ਸ਼ੁਰੂ ਹੋ ਚੁੱਕੇ ਦਾ, ਅਤੇ ਜਿਸਲੇ ਉਹ ਕੰਮ ਮੁਕੰਮਲ ਹੋ ਗਏ ਅਤੇ ਪ੍ਰਧਾਨ ਮੰਤਰੀ ਜੀ, ਕੰਢੀ ਕੀ ਕਿਸੇ ਨੇ ਕੰਢੀ ਨਹੀਂ ਗਲਾਣਾ, ਇਹਦਾ ਨਾਂ ਬਦਲੀ ਜਾਣਾ। ਅਤੇ ਦੇਵਿਕਾ ਨਦੀ ਜਿਹੜੇ ਸਾਡੇ ਵਾਸਤੇ ਆਸਥਾ ਦਾ ਵਿਸ਼ੇ ਹੈ, ਸਦੀਆਂ ਦਾ ਦੇਵਿਕਾ ਨਦੀ ਦੇ ਕੰਢੇ ਅਨੇਕਾਂ ਪੀੜ੍ਹੀਆਂ ਬਲੀ ਬਲੀਏ ਪ੍ਰਵਾਨ ਚੜ੍ਹੀਆਂ, ਪਰ ਉਹਦੀ ਸੁੰਦਰੀਕਰਨ ਦਾ ਕੰਮ ਕਿਸੇ ਸਰਕਾਰ ਨੇ ਨਹੀਂ ਕੀਤਾ, ਉਹਦੀ ਚਿੰਤਾ ਕੀਤੀ ਅਤੇ ਛੜੀ ਤੁਸੀਂ ਕੀਤੀ। ਮਤਾ ਹੋਰ ਕਿਸ਼ ਨਹੀਂ ਗਲਾਣਾ, ਅੱਜ ਸਾਰੇ ਇਕੱਠੇ ਹੋਏ ਨੇ ਆ ਆਪਣੇ ਪ੍ਰਿਆ ਨੇਤਾ ਜੀ ਦਾ ਸੰਬੋਧਨ ਸੁਣਨੇ ਹੀ ਅਤੇ ਉਹਦਾ ਮਾਰਗ ਦਰਸ਼ਨ ਪ੍ਰਾਪਤ ਕਰਨੇ ਹੀ, ਪਰੰਤੂ ਗੱਲ ਸਮਾਪਤ ਕਰਨੇ ਕੋਲਾਂ ਪਹਿਲੇ ਇਸ ਵਿਸ਼ਾਲ ਜਨ ਸਮੂਹ ਕੀ ਸਾਕਸ਼ੀ ਮੰਨੀ ਹੈ। ਪ੍ਰਧਾਨ ਮੰਤਰੀ ਜੀ, ਮੈਂ ਤੁਸੀਂ ਵਾਅਦਾ ਦਿੰਦਾ ਵੀ ਪਿਛਲੀ ਵਾਰੀ ਜਿਸ ਅਕਸਰੀਅਤ ਕਰਨੇ ਇੱਥੋਂ ਭਾਜਪਾ ਵਿੱਚ ਪਈ ਹੋਈ ਸੀ, ਉਸ ਕੋਲਾਂ ਵੀ ਦੁੱਗਣੀ ਅਕਸਰੀਅਤ ਕਰਨੇ ਅਸ ਵਿਜੇਈ ਹੋਈ ਹੈ, ਇਹ ਸੀਟ ਤੁਹਾਡੀ ਝੋਲੀ 'ਚ ਪਾ ਗਏ। ਅਤੇ ਜਿਸ ਵੇਲੇ ਤੁਸ ਪ੍ਰਧਾਨ ਮੰਤਰੀ ਦੇ ਰੂਪੇ 'ਚ ਆਪਣਾ ਅਗਲੇ 5 ਵਰ੍ਹੇ ਦਾ ਕਾਰਜਕਾਲ ਸ਼ੁਰੂ ਕਰ ਗਏ ਹੋ, ਅਤੇ ਕਿਰਪਾ ਕਰੀਏ ਇਹ ਨਹੀਂ ਭੁੱਲਿਓ, ਤੁਹਾਡੇ ਗਲੇ 'ਚ ਪੈਦੀ ਵਿਜੈ ਮਾਲਾ 'ਚ ਇੱਕ ਮੋਤੀ ਕਠੂਏ ਦਾ ਵੀ ਹੈ। ਜੈ ਹਿੰਦ, ਜੈ ਭਾਰਤ।